ਲਓ ਜੀ ਮੇਰੇ ਭਰਾ ਦਾ ਪੈ ਰਿਹਾ ਛੋਟੇ ਦਾ ਘਰ ਇਹਦੇ ਵਾਸਤੇ ਲੱਭੋ ਕੁੜੀ ਵਾਸਤੇ ਲੱਭੋ ਕੁੜੀ ਸੋਹਣਾ ਸੋਹਣਾ ਬਣਾਤਾ ਸੀ ਬੱਲੂ ਵੀ ਰਹੇ ਸਾਡਾ ਅਸੀਂ ਚੱਲੇ ਜੀ ਜਲੇਬੀਆਂ ਵੰਡਣਾ ਨਾ ਸਾਰੇ ਘਰਾਂ ਚ ਜਿੱਦਾਂ ਕਿ ਪਿੰਡਾਂ ਦੇ ਵਿੱਚ ਰਿਵਾਜ਼ ਹੁੰਦਾ ਤੇ ਸਾਰਾ ਬਲੌਗ ਜ਼ਰੂਰ ਵੇਖਿਓ ਮੇਰੇ ਪੇਕਿਆਂ ਦਾ ਤੁਸੀਂ ਪਹਿਲਾਂ ਵੀ ਵੇਖਿਆ ਸੀ ਨਾ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਤੇ ਹੁਣ ਇਹ ਵਾਲਾ ਵੀ ਜ਼ਰੂਰ ਵੇਖਿਓ ਤੇ ਭਾਬੀ ਜੀ ਦੇ ਸਿਰ ਤੇ ਧਰਦੇ ਆ ਆਪਾਂ ਪਰਾਤ ਕਿਉਂਕਿ ਭਾਬੀ ਹੀ ਚੱਕਦੀ ਉਹਨੇ ਨੰਨ ਦਾ ਸਰਦਾਰੀ ਕਰਦੇ ਬਸ ਥੋੜਾ ਜਿਹਾ ਦੂਰ ਤੱਕ ਚੱਕੂਗੀ ਜ਼ਿਆਦਾ ਨੀ ਚੱਕ ਸਕਦੀ ਬੱਲੂ ਨਾ ਕਹਿ ਬੱਲੂ ਕਹਿ ਬੱਲੂ ਰਹਿਣ ਵਧੀਆ ਵਿੱਚ ਜੋੜ ਦੇਣਗੇ ਲੋਕਾਂ ਉਹਦੇ ਨਾਲ ਕਦੇ ਵਿਆਹ ਹੁੰਦਾ ਛੇਤੀ ਛੇਤੀ ਦੇ ਵਿਆਹ ਦੀ ਤਿਆਰੀ ਹੈ ਜਿੱਥੇ ਵੀ ਕੁੜੀ ਹੋਊਗੀ ਤਾਂ ਸਾਡੇ ਨਾਲ ਇੱਕ ਸੰਪਰਕ ਚੱਲ ਮੈਂ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਘਰੇ ਘਰੇ ਇਹ ਮੇਰੇ ਛੋਟੇ ਭਰਾ ਜੈ ਸਿੰਘ ਦਾ ਘਰ ਜਿਹੜਾ ਕਿ ਬਣਾ ਰਹੇ ਹਾਂ ਅਸੀਂ ਸਾਡੇ ਘਰ ਰਣਜੀਤ ਸਿੰਘ ਅਤੇ ਅਸੀਂ ਸਾਰੇ ਬਹੁਤ ਚਾਅ ਨਾਲ ਇੱਥੇ ਪਹੁੰਚੇ ਸਾਡੇ ਲਈ ਮਾਤਾ ਵਾਲੇ ਜਿਹੜੇ ਮੇਰੇ ਵੱਡੇ ਭੂਆ ਜੀ ਐਨੇ ਚਾਅ ਸੀ ਉਹਨਾਂ ਨੇ ਸਾਡੇ ਅੰਦਰ ਨੇ ਘਰੇ ਭੂਆ ਜੀ ਤੋਂ ਤੁਰਿਆ ਨਹੀਂ ਸੀ ਜਾਂਦਾ ਪਰ ਫਿਰ ਵੀ ਉਹ ਸੋਟੀ ਲੈ ਕੇ ਇੱਥੇ ਤੱਕ ਪਹੁੰਚੇ ਅਤੇ ਉੱਪਰ ਇਹ ਮੇਰੇ ਚਾਚਾ ਜੀ ਨੇ ਸਭ ਤੋਂ ਛੋਟੇ ਇਹਨਾਂ ਦੇ ਬੇਟੇ ਦਾ ਆਪਣੇ ਘਰ ਆ ਜਿਹੜਾ ਬਣਾਇਆ ਇਹਨਾਂ ਦਾ ਘਰ ਬਣਾਇਆ ਇਹ ਪ੍ਰਾਹੁਣਾ ਸਾਹਿਬ ਨੇ ਸਾਡੇ ਸਭ ਤੋਂ ਛੋਟੇ ਜਵਾਈ ਅਤੇ ਨਾਲ ਨਾਲ ਦੇਖੋ ਇੱਥੇ ਆਪਣੇ ਸਾਰੀਆਂ ਜਿਹੜੀਆਂ ਰਸਮਾਂ ਸੀ ਉਹ ਵੀ ਕੀਤੀਆਂ ਕਿਉਂਕਿ ਇੱਥੇ ਜਦੋਂ ਆਪਾਂ ਨਵਾਂ ਪਹਿਲਾਂ ਘਰ ਬਣਾਉਂਦੇ ਹਾਂ ਅਤੇ ਲੈਂਟਰ ਪੈ ਤੋਂ ਬਾਅਦ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹ ਫਿਰ ਝੂਲੇ ਦੀ ਰਸਮ ਜ਼ਰੂਰ ਕਰਦੀਆਂ ਨੇ ਕਿਉਂਕਿ ਘਰ ਦੇ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਹੈ ਨਾ ਵੀ ਭਾਗ ਲੱਗਣ ਪਰਮਾਤਮਾ ਹੈ ਨਾ ਸਾਰੀਆਂ ਖੁਸ਼ੀਆਂ ਦੇਵੇ ਅਤੇ ਇੱਦਾਂ ਦਾ ਫਿਰ ਅਸੀਂ ਨੇ ਵੀ ਝੂਲਾ ਲਿਆ ਇੱਕ ਅਤੇ ਸਾਰੇ ਜਣੇ ਨੇ ਉਹ ਝੂਲਾ ਜਿਹੜਾ ਇੱਥੇ ਬੰਨਿਆ ਲੈਂਟਰ ਪੈਣ ਤੋਂ ਬਾਅਦ ਬੰਨੀ ਜਾਂਦੀ ਹੈ ਰਸਮ ਕਮੈਂਟ 'ਚ ਜ਼ਰੂਰ ਦੱਸਿਓ ਵੀ ਕਿੰਨਾ ਕਿੰਨਾ ਪਿੰਡਾਂ ਦੇ ਵਿੱਚ ਇੱਦਾਂ ਝੂਲਾ ਬੰਨਿਆ ਜਾਂਦਾ ਕਿਉਂਕਿ ਅਸੀਂ ਵੀ ਆਪਣੇ ਭਰਾ ਛੋਟੇ ਭਰਾ ਦੇ ਘਰ ਦੇ ਵਿੱਚ ਝੂਲਾ ਬੰਨ ਕੇ ਆਈਆਂ ਸਾਰੀਆਂ ਭੈਣਾਂ ਅਤੇ ਬਹੁਤ ਹੀ ਰਾਤ ਚੱਲਣੀ ਹੈ ਨਾ ਮੇਰੇ ਭਰਾ ਨੂੰ ਤਰੱਕੀ ਬਖਸ਼ੇ ਜੈ ਸਿੰਘ ਮੇਰਾ ਵੀਰਾ ਸਾਡੀ ਮਹਿਤਾਬ ਕੌਰ ਦੇਖੋ ਇਹਦੇ ਚਾਚੂ ਦਾ ਜਿਹੜਾ ਸੀ ਘਰ ਉਹ ਬਣ ਗਿਆ ਇਹ ਵੀ ਬਾਈ ਝੂਲੇ ਦੇ ਵਿੱਚ ਇਹਨੇ ਵੀ ਆਪਣਾ ਯੋਗਦਾਨ ਪਾਇਆ ਅਤੇ ਸਾਰਿਆਂ ਨੇ ਝੂਲਾ ਬਣਾਇਆ ਸੀ ਇਹਨਾਂ ਨੂੰ ਨਾ ਹੱਥ ਲਾਇਓ ਬਸ
ਬਾਹਰ ਕੁਰਸੀ ਪਈ ਆ ਮਾਰੋ ਛਾਲ ਧਿਆਨ ਨਾਲ ਤਿਲਕ ਨਾ ਜਾਵੇ ਪੈਰ ਐਨੂੰ ਇੱਧਰ ਆ ਜਾਓ ਇੱਧਰ ਸੁੱਕਾ ਆ ਇੱਧਰਲੇ ਪਾਸੇ ਹੈ ਨੀ ਫੋਟੋ ਖਿੱਚਣੀ ਖਿੱਚ ਲਓ ਬੀਬੀਆਂ ਬਾਹਰ ਨੂੰ ਹਟਦੀਆਂ ਕਹਿੰਦੀਆਂ ਬਾਹਰ ਕਰਾ ਲਾਂਗੇ। ਇਹ ਆਪਣਾ ਮਿਸਤਰੀ ਸਾਹਿਬ ਸੀ ਜਿਹਨਾਂ ਨੇ ਹੈ ਨਾ ਆਪਣਾ ਜਿਹੜਾ ਮਕਾਨ ਆ ਉਹ ਬਣਾਇਆ ਗਾ ਅਤੇ ਆਪਣੇ ਸਾਰਿਆਂ ਨੂੰ ਡੱਬੇ ਦਿੱਤੇ ਕੁੜਤੇ ਪਜਾਮੇ ਦਿੱਤੇ ਹੈ ਨਾ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਇਹਦੇ ਵਿੱਚ ਹੈ ਨਾ ਮਿਹਨਤ ਹੁੰਦੀ ਆ। ਦੇਖੋ ਮਿੱਠਾ ਮੂੰਹ ਸਭ ਤੋਂ ਪਹਿਲਾਂ ਇਹਨਾਂ ਦਾ ਕਰਵਾਇਆ ਜਾਂਦਾ ਕਿਉਂਕਿ ਇਹ ਸਾਰੇ ਘਰ ਨੂੰ ਬਣਾਉਣ ਵਾਲੇ ਨੇ। ਇਹ ਸਾਡੀ ਛੋਟੀ ਮਤਲਬ ਕਿ ਚਾਚੀ ਜੀ ਨੇ ਮੰਮੀ ਛੋਟੀ